ਸਾਡੀ ਕੁਝ ਵੀ ਆਡਾ ਸਾਡਾ ਕੁਝ ਨੀ ਆਪਣੇ ਹੀ ਘਰ ਦੇ ਅੰਦਰ ਬੈਠੀਆਂ ਜਵਾਨ ਧੀਆਂ ਅਤੇ ਜਵਾਨ ਪੁੱਤ ਵੀ ਹੁਣ ਸੇਫ ਨਹੀਂ, ਸੁਰੱਖਿਅਤ ਨਹੀਂ, ਕਿਉਂਕਿ ਸਰੇਆਮ ਹੀ ਘਰ ਦੇ ਵਿੱਚ ਵੜ ਕੇ ਇੱਕ ਵਿਅਕਤੀ ਦੇ ਵੱਲੋਂ ਦੂਜੇ ਵਿਅਕਤੀ ਦੀ ਜਾਨ ਲਈ ਗਈ ਹੈ। ਪਤਾ ਲੱਗਿਆ ਕਿ ਘਰ ਦੇ ਅੰਦਰ 30 ਸਾਲ ਦਾ ਨੌਜਵਾਨ ਬੈਠਾ ਸੀ। ਪਹਿਲਾਂ ਬੁਰੀ ਤਰ੍ਹਾਂ ਦੇ ਨਾਲ ਇਸਨੂੰ ਕੁੱਟਿਆ ਗਿਆ, ਫਿਰ ਵੱਢਿਆ ਗਿਆ, ਤੜਫਾ ਤੜਫਾ ਕੇ ਇਸ ਦੀ ਜਾਨ ਲਈ ਗਈ। ਇਹ ਉਹ ਮੌਕਾ ਸੀ ਜਦੋਂ ਇਹ ਮੁੰਡਾ ਘਰ ਦੇ ਵਿੱਚ ਇਕੱਲਾ ਸੀ, ਜਿਸਦੀ ਉਮਰ 30 ਸਾਲ ਦੀ ਦੱਸੀ ਜਾ ਰਹੀ ਹੈ ਅਤੇ ਨਾਮ ਮਲਕੀਤ ਸਿੰਘ ਹੈ। ਉਸਦੇ ਮਾਤਾ ਪਿਤਾ ਘਰ ਤੋਂ ਬਾਹਰ ਸ਼ਹਿਰ ਨੂੰ ਗਏ ਹੋਏ ਸਨ। ਵੀਰਵਾਰ ਸਵੇਰੇ ਜਦੋਂ ਉਸਦੇ ਮਾਤਾ ਪਿਤਾ ਘਰ ਆਏ ਤਾਂ ਮਲਕੀਤ ਸਿੰਘ ਦੀ ਮ੍ਰਿਤਕ ਤੇ ਘਰ ਦੇ ਵਿੱਚ ਪਈ ਦੇਖ ਕੇ ਚੀਖ ਚਿਹਾੜਾ ਮੱਚ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਮੁਲਜ਼ਮ ਨਿਹੰਗ ਸਿੰਘ ਮ੍ਰਿਤਕ ਦੇ ਘਰ ਨੇੜੇ ਰਹਿੰਦਾ ਸੀ। ਦੇਰ ਰਾਤ ਸਮੇਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੇ ਵਿਚਾਲੇ ਪਹਿਲਾਂ ਝਗੜਾ ਹੋਇਆ, ਜਿਸ ਤੋਂ ਬਾਅਦ ਇਸ ਨਿਹੰਗ ਨੇ ਮਲਕੀਤ ਸਿੰਘ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ। ਇਸ ਕਾਰਨ ਹੀ ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ। ਦਰਦ ਸਹਿਣ ਨਾ ਕਰ ਸਕਣ ਦੇ ਕਾਰਨ ਉਸਦੀ ਜਾਨ ਚਲੀ ਗਈ। ਸੂਚਨਾ ਮਿਲਣ 'ਤੇ ਥਾਣਾ ਕੱਥੂ ਨੰਗਲ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਦੇ ਵਿੱਚ ਲਿਆ ਅਤੇ ਇਸ ਗੱਲ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਸ ਦੇ ਪਿੱਛੇ ਵਜ੍ਹਾ ਰੰਜਿਸ਼ ਕੀ ਰਹੀ। ਫਿਲਹਾਲ ਮੁਲਜ਼ਮ ਫਰਾਰ ਹੈ, ਜਿਸ ਨੂੰ ਕਿ ਜਲਦ ਹੀ ਕਾਬੂ ਕਰਨ ਦਾ ਭਰੋਸਾ ਪੁਲਿਸ ਦੇ ਵੱਲੋਂ ਦਿੱਤਾ ਜਾ ਰਿਹਾ ਹੈ। ਦੱਸ ਦਈਏ ਕਿ ਪਿੰਡ ਵਾਸੀਆਂ ਦੇ ਵੱਲੋਂ ਕਿਹਾ ਗਿਆ ਕਿ ਇਹ ਖੌਫਨਾਕ ਘਟਨਾ ਵਾਪਰੀ ਹੈ। ਉਹਨਾਂ ਨੂੰ ਨਹੀਂ ਹੋ ਯਕੀਨ ਆ ਰਿਹਾ ਕਿ ਪਿੰਡ ਦੇ ਵਿੱਚ ਸਰੇਆਮ ਹੀ ਇਸ ਤਰ੍ਹਾਂ ਦੇ ਨਾਲ ਮਲਕੀਤ ਸਿੰਘ ਦੇ ਘਰ ਬੈਠੇ ਹੀ ਉਸਦੀ ਜਾਨ ਲੈ ਗਈ। ਵੇਰਕਾ ਬਲਾਕ ਦੇ ਪਿੰਡ ਜਹਾਂਗੀਰ ਦਾ ਰਹਿਣ ਵਾਲਾ ਸੀ ਇਹ ਨੌਜਵਾਨ, ਮਾਪਿਆਂ ਦਾ ਇਕਲੌਤਾ ਪੁੱਤ ਸੀ। ਫਿਲਹਾਲ ਜਾਂਚ ਪੜਤਾਲ ਜਾਰੀ ਹੈ, ਜਿਸ ਦੇ ਵਿੱਚ ਪਤਾ ਲੱਗੇਗਾ ਕਿ ਆਖਿਰਕਾਰ ਇਸ ਘਟਨਾ ਦੇ ਪਿੱਛੇ ਦਾ ਕਾਰਨ ਕੀ ਸੀ। ਪਰ ਬੇਰਹਿਮੀ ਦੇ ਨਾਲ ਕਿਸੇ ਨੂੰ ਵੀ ਘਰ ਦੇ ਵਿੱਚ ਵੜ ਕੇ ਇਸ ਤਰ੍ਹਾਂ ਖਤਮ ਕਰ ਦੇਣਾ ਬੇਹੱਦ ਹੀ ਸ਼ਰਮਨਾਕ ਹੈ। ਮੇਰੀ ਦੁਨੀਆ ਮੇਰੇ ਮਾਂ ਪਿਓ ਦਾ ਕੁਝ ਨੀ ਰਹਿ ਗਿਆ ਹੈ, ਨੀ ਕੁਝ ਵੀ ਹੈ, ਨੀ ਕੁਝ ਵੀ ਆਟਾ ਕੁਝ ਨੀ ਆ ਗਿਆ। ਮੈਂ ਅਮਰੀਕ ਸਿੰਘ, ਸਰਪੰਚ ਪਿੰਡ ਜਹਾਂਗੀਰ। ਜਹਾਂਗੀਰ 'ਚ ਬਹੁਤ ਵੱਡੀ ਘਟਨਾ ਹੋਈ ਅੱਜ ਜੀ, ਇੱਕ ਜੋ ਵੀ ਬਹੁਤ ਮੰਦਭਾਗੀ ਗੱਲ ਆ, ਹੋਣਾ ਨਹੀਂ ਚਾਹੀਦਾ। ਘਰ 'ਚ ਬੜੀਆਂ ਗੱਲਾਂ ਪਤਾ ਹੋ ਜਾਂਦੀਆਂ, ਰੰਜਿਸ਼ ਹੁੰਦੀ ਆ, ਮਾੜੀ ਮੋਟੀ ਲੜਾਈਆਂ ਝਗੜੇ ਰਾਈ ਨਵੇਂ ਬੜੀ ਯਾਰ ਕਰਵਾਇਆ ਸੀ ਇਹਦਾ ਸੁਖਦੇਵ ਸਿੰਘ ਨਿਹੰਗ ਸਿੰਘ ਨੂੰ ਬੜੀ ਯਾਰ ਸਮਝਾਇਆ ਸੀ ਆਪਾਂ ਵੀ ਇਹੋ ਜਿਹੀ ਗੱਲ ਨਹੀਂ ਕਰਨੀ, ਕੋਈ ਗਲਤੀ ਵੀ ਨਾ ਕਰਿਓ, ਜੋ ਵੀ ਹੈਗਾ ਜੋ ਵੀ ਉਹਦੇ ਮਨ 'ਚ ਪਤਾ ਨਹੀਂ ਕੀ ਆਇਆ, ਰਾਤੀ ਕੀ ਗੱਲ ਹੋਈ ਆ, ਅਤੇ ਉਹਨੇ ਬੜੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਵਾ। ਇੱਦਾਂ ਇਕੱਲਾ ਇਕੱਲਾ ਬੱਚਾ ਸੀ ਉਹਨਾਂ ਦਾ, ਅਤੇ ਅਸੀਂ ਤਾਂ ਬਹੁਤ ਦੁਖਦਾਈ ਘਟਨਾ ਸਵੇਰੇ ਸਾਨੂੰ ਪਤਾ ਲੱਗਾ, ਹੁਣ ਤਾਂ ਮੌਕੇ 'ਤੇ ਵੇਖਿਆ ਹੋ ਚੁੱਕੀ। ਕੋਈ ਰੰਜਿਸ਼ ਕੋਈ ਵੀ ਨਹੀਂ ਹੈਗੀ ਪਿੱਛੇ, ਮਾੜੀ ਮੋਟੀ ਤੁਹਾਨੂੰ ਪਤਾ ਹੀ ਹੈ ਕਿ ਗੱਲਬਾਤ, ਛੋਟਾ ਬੱਚਾ ਸੀ ਇਹ, ਹਾਈਟ ਛੋਟੀ ਸੀ ਇਹਦੀ, ਕੋਈ ਰੰਜਿਸ਼ ਨਹੀਂ। ਬੜੀ ਯਾਰ ਸਮਝਾਇਆ ਸੀ ਨਿਹੰਗ ਸਿੰਘ ਨੂੰ ਇਹ ਕੰਮ ਨਹੀਂ ਕਰਨਾ, ਪਰ ਹੁਣ ਕੀ ਪਤਾ ਉਹਦੇ ਕੀ ਮਨ 'ਚ ਚੱਲਦਾ ਸੀ ਵੀ ਮੈਂ ਕਦੋਂ ਵੈਰ ਲੈਣਾ, ਕੀ ਇਹਦੇ ਬਾਰੇ ਸਾਨੂੰ ਕੁਛ ਨਹੀਂ ਪਤਾ ਜੀ। ਨਾਲ ਹੀ ਰਹਿੰਦਾ ਸੀ ਇਹਨਾਂ ਦੇ? ਨਹੀਂ ਨਾਲ ਨਹੀਂ ਰਹਿੰਦਾ, ਆਪਣਾ ਵੀ ਕੰਮ ਕਾਰ ਕਰਦਾ ਸੀ, ਦਿਹਾੜੀ ਡੱਬਾ ਕਰਦਾ ਜੀ। ਕੋਈ ਰਿਸ਼ਤਾ ਕੀ ਸੀ?
ਰਿਸ਼ਤਾ ਕੋਈ ਵੀ ਨਹੀਂ, ਰਿਸ਼ਤਾ ਆਪਸੇ ਸਰੀਕਾ ਬਰਾਦਰੀ ਕੋਈ ਨਹੀਂ, ਉਦਾਂ ਹੀ ਪਿੰਡ 'ਚ ਰਹਿੰਦੇ ਇਕੱਠੇ ਬਸ, ਪਰ ਰਿਸ਼ਤਾ ਨਹੀਂ। ਉਹ ਤਾਂ ਮੌਕਾ ਵੇਖਿਆ ਤੁਹਾਡੇ ਸਾਹਮਣੇ, ਮੀਡੀਆ ਨੇ ਮੌਕਾ ਵੇਖ ਰਿਹਾ ਸਾਰਾ ਜੀ, ਆਹ ਤੁਹਾਡੇ ਸਾਹਮਣੇ ਜੋ ਕੁਝ ਹੈਗਾ ਵਾ, ਉਹਦੇ ਪਰਿਵਾਰ ਵੀ ਦੱਸ ਰਿਹਾ ਆਪਾਂ ਤਾਂ ਮੌਕੇ 'ਤੇ ਹੈ ਨਹੀਂ ਉਹ ਟਾਈਮ, ਅਸੀਂ ਤਾਂ ਤੁਹਾਡੇ ਸਾਰੇ ਕਹਿਣ 'ਤੇ ਦੱਸਾਂ ਅਤੇ ਸਵੇਰੇ ਮੈਨੂੰ ਫੋਨ ਗਿਆ ਅਸੀਂ ਇੱਥੇ ਆਏ ਹਾਂ, ਅਤੇ ਫਿਰ ਆਹ ਮੀਡੀਆ ਆਇਆ ਅਤੇ ਮੀਡੀਆ ਨੂੰ ਦੱਸ ਰਹੇ ਜੋ ਵੀ ਹੈਗਾ ਸੱਚਾ। ਜੰਗ ਦੇ ਵਿੱਚ ਸਾਨੂੰ ਸੁਬਾਹ ਪਤਾ ਲੱਗਾ ਵਾ ਵੀ ਬਲਕੀਰ ਸਿੰਘ ਦਾ ਕਤਲ ਕਰਤਾ ਵਾ ਸੁਖਦੇਵ ਸਿੰਘ ਨੇ। ਅਸੀਂ ਮੌਕੇ 'ਤੇ ਪਹੁੰਚੇ ਹਾਂ, ਅੱਗੋਂ ਆਂਢੋ ਗੁਆਂਢੋਂ ਪਤਾ ਕੀਤਾ ਵਾ, ਕਹਿੰਦੇ ਵੀ ਇਹਨਾਂ ਦੀ ਪਹਿਲਾਂ ਰੰਜਿਤ ਬਾਈ ਚੱਲਦੀ ਸੀਗੀ, ਇੱਕ ਨਾ ਇੱਕ ਦੂਜੇ ਨਾਲ ਗਾਲੀ ਗਲੋਚ ਕਰਦੇ ਸੀਗੇ, ਅਤੇ ਅੱਜ ਇਹ ਬਲਕੀਰ ਸਿੰਘ ਦਾ ਇਕੱਲਾ ਘਰ ਸੀਗੇ, ਅਤੇ ਇਹਨੇ ਮੌਕਾ ਵੇਖ ਕੇ ਅਤੇ ਇਹਦੇ ਆਣ ਕੇ ਰਾਤ ਮਾਰ ਕਟਾਈ ਕੀਤੀ ਆ, ਅਤੇ ਮਾਰ ਕਟਾਈ ਦਾ ਦੀ ਮੌਤ ਹੋ ਗਈ। ਹੁਣ ਸਰ ਤੁਸੀਂ ਚੱਲਣ ਡੀ ਆ, ਤੁਸੀਂ ਇਸ ਦੌਰਾਨ ਜੋ ਵੀ ਅੱਗੇ ਸਾਹਮਣੇ ਆਏਗਾ ਥਾਣੇ ਕੰਬੋ ਦੇ ਦੀ, ਅਜੇ ਤਾਂ ਮੁਕੱਦਮਾ ਦਰਜ ਕਰਕੇ ਜਾਣ ਲਿਖਾਣ ਲਈ ਭੇਜਿਆ ਗਿਆ ਵਾ, ਮੁਕੱਦਮਾ ਦਰਜ ਕਰਕੇ ਛਾਪੇਮਾਰੀ ਕੀਤੀ ਜਾਏਗੀ, ਜਲਦੀ ਤੋਂ ਜਲਦੀ ਇਹਨੂੰ ਗ੍ਰਿਫਤਾਰ ਕੀਤਾ ਜਾਏਗਾ। ਹਾਂਜੀ ਨਿਹੰਗ ਸਿੰਘ ਦੱਸਦੇ, ਉਹ ਨਾਰਮਲੀ ਇਹਨਾਂ ਦੀ ਚੱਲਦੀ ਸੀਗੀ। ਮੇਰੀ ਦੁਨੀਆ, ਮੇਰੇ ਮਾਂ ਪਿਓ ਦਾ ਕੁਛ ਨੀ ਰਹਿ ਗਿਆ, ਹੈ ਨੀ ਕੁਛ ਵੀ, ਹੈ ਨੀ ਕੁਛ ਵੀ, ਆਟਾ ਕੁਛ ਨੀ ਆ। ਮੈਂ ਅਮਰੀਕ ਸਿੰਘ, ਸਰਪੰਚ ਪਿੰਡ ਜਹਾਂਗੀਰ। ਜਹਾਂਗੀਰ 'ਚ ਬਹੁਤ ਵੱਡੀ ਘਟਨਾ ਹੋਈ ਅੱਜ ਜੀ, ਇੱਕ ਜੋ ਵੀ ਬਹੁਤ ਮੰਦਭਾਗੀ ਗੱਲ ਆ, ਹੋਣਾ ਨਹੀਂ ਚਾਹੀਦਾ, ਘਰ 'ਚ ਬੜੀਆਂ ਗੱਲਾਂ ਪਤਾ ਹੋ ਜਾਂਦੀਆਂ, ਰੰਜਿਸ਼ ਹੁੰਦੀ ਆ, ਮਾੜੀ ਮੋਟੀ ਲੜਾਈਆਂ ਝਗੜੇ ਰਾਈ ਨਵੇਂ ਬੜੀ ਯਾਰ ਕਰਵਾਇਆ ਸੀ ਇਹਦਾ, ਸੁਖਦੇਵ ਸਿੰਘ ਨਿਹੰਗ ਸਿੰਘ ਨੂੰ ਬੜੀ ਯਾਰ ਸਮਝਾਇਆ ਸੀ ਆਪਾਂ ਵੀ ਇਹੋ ਜਿਹੀ ਗੱਲ ਨਹੀਂ ਕਰਨੀ, ਕੋਈ ਗਲਤੀ ਵੀ ਨਾ ਕਰਿਓ, ਜੋ ਵੀ ਹੈਗਾ, ਜੋ ਵੀ ਉਹਦੇ ਮਨ 'ਚ ਪਤਾ ਨਹੀਂ ਕੀ ਆਇਆ, ਰਾਤੀ ਕੀ ਗੱਲ ਹੋਈ ਆ, ਅਤੇ ਉਹਨੇ ਬੜੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਵਾ, ਇੱਦਾਂ ਇਕੱਲਾ ਇਕੱਲਾ ਬੱਚਾ ਸੀ ਉਹਨਾਂ ਦਾ, ਅਤੇ ਅਸੀਂ ਤਾਂ ਬਹੁਤ ਦੁੱਖਦਾਈ ਘਟਨਾ, ਸਵੇਰੇ ਸਾਨੂੰ ਪਤਾ ਲੱਗਾ, ਹੁਣ ਤਾਂ ਮੌਕੇ 'ਤੇ ਵੇਖਿਆ ਹੋ ਚੁੱਕੀ, ਕੋਈ ਰੰਜਿਸ਼ ਕੋਈ ਵੀ ਨਹੀਂ ਹੈਗੀ ਪਿੱਛੇ, ਮਾੜੀ ਮੋਟੀ ਤੁਹਾਨੂੰ ਪਤਾ ਹੀ ਹੈ ਕਿ ਗੱਲਬਾਤ, ਛੋਟਾ ਬੱਚਾ ਸੀ ਇਹ, ਹਾਈਟ ਛੋਟੀ ਸੀ ਇਹਦੀ, ਕੋਈ ਰੰਜਿਸ਼ ਨਹੀਂ, ਬੜੀ ਯਾਰ ਸਮਝਾਇਆ ਸੀ ਨਿਹੰਗ ਸਿੰਘ ਨੂੰ ਇਹ ਕੰਮ ਨਹੀਂ ਕਰਨਾ, ਪਰ ਹੁਣ ਕੀ ਪਤਾ ਉਹਦੇ ਕੀ ਮਨ 'ਚ ਚੱਲਦਾ ਸੀ ਵੀ ਮੈਂ ਕਦੋਂ ਵੈਰ ਲੈਣਾ ਕੀ ਇਹਦੇ ਬਾਰੇ, ਸਾਨੂੰ ਕੁਛ ਨਹੀਂ ਪਤਾ ਜੀ, ਨਾਲ ਹੀ ਰਹਿੰਦਾ ਸੀ ਇਹਨਾਂ ਦੇ, ਨਹੀਂ ਨਾਲ ਨਹੀਂ ਰਹਿੰਦਾ, ਆਪਣਾ ਵੀ ਕੰਮ ਕਾਰ ਕਰਦਾ ਸੀ, ਦੇਡ ਪਾ ਕਰਦਾ ਜੀ, ਕੋਈ ਰਿਸ਼ਤਾ ਕੀ ਸੀ, ਰਿਸ਼ਤਾ ਕੋਈ ਵੀ ਨਹੀਂ, ਰਿਸ਼ਤਾ ਆਪਸੇ ਸਰੀਕਾ ਬਰਾਦਰੀ ਕੋਈ ਨਹੀਂ, ਉਦਾਂ ਪਿੰਡ 'ਚ ਰਹਿੰਦੇ ਇਕੱਠੇ ਬਸ, ਪਰ ਰਿਸ਼ਤਾ ਨਹੀਂ। ਉਹ ਤਾਂ ਮੌਕਾ ਵੇਖਿਆ ਤੁਹਾਡੇ ਸਾਹਮਣੇ, ਮੀਡੀਆ ਨੇ ਮੌਕਾ ਵੇਖ ਰਿਹਾ ਸਾਰਾ ਜੀ, ਆਹ ਤੁਹਾਡੇ ਸਾਹਮਣੇ ਜੋ ਕੁਝ ਹੈਗਾ ਵਾ, ਉਹਦੇ ਪਰਿਵਾਰ ਵੀ ਦੱਸ ਰਿਹਾ ਆਪਾਂ ਤਾਂ ਮੌਕੇ 'ਤੇ ਹੈ ਨਹੀਂ ਉਹ ਟਾਈਮ, ਅਸੀਂ ਤਾਂ ਤੁਹਾਡੇ ਸਾਰੇ ਕਹਿਣ 'ਤੇ ਦੱਸਾਂ ਅਤੇ ਸਵੇਰੇ ਮੈਨੂੰ ਫੋਨ ਗਿਆ ਅਸੀਂ ਇੱਥੇ ਆਏ ਹਾਂ, ਅਤੇ ਫਿਰ ਆਹ ਮੀਡੀਆ ਆਇਆ ਅਤੇ ਮੀਡੀਆ ਨੂੰ ਦੱਸ ਰਹੇ ਜੋ ਵੀ ਹੈਗਾ ਸੱਚਾ। ਜੰਗ ਦੇ ਵਿੱਚ ਸਾਨੂੰ ਸੁਬਾਹ ਪਤਾ ਲੱਗਾ ਵਾ ਵੀ ਬਲਕੀਰ ਸਿੰਘ ਦਾ ਕਤਲ ਕਰਤਾ ਵਾ ਸੁਖਦੇਵ ਸਿੰਘ ਨੇ। ਅਸੀਂ ਮੌਕੇ 'ਤੇ ਪਹੁੰਚੇ ਹਾਂ, ਅੱਗੋਂ ਆਂਢੋ ਗੁਆਂਢੋਂ ਪਤਾ ਕੀਤਾ ਵਾ, ਕਹਿੰਦੇ ਵੀ ਇਹਨਾਂ ਦੀ ਪਹਿਲਾਂ ਰੰਜਿਤ ਬਾਈ ਚੱਲਦੀ ਸੀਗੀ, ਇੱਕ ਨਾ ਇੱਕ ਦੂਜੇ ਨਾਲ ਗਾਲੀ ਗਲੋਚ ਕਰਦੇ ਸੀਗੇ, ਅਤੇ ਅੱਜ ਇਹ ਬਲਕੀਰ ਸਿੰਘ ਦਾ ਇਕੱਲਾ ਘਰ ਸੀਗੇ, ਅਤੇ ਇਹਨੇ ਮੌਕਾ ਵੇਖ ਕੇ ਅਤੇ ਇਹਦੇ ਆਣ ਕੇ ਰਾਤ ਮਾਰ ਕਟਾਈ ਕੀਤੀ ਆ, ਅਤੇ ਮਾਰ ਕਟਾਈ ਦਾ ਦੀ ਮੌਤ ਹੋ ਗਈ। ਹੁਣ ਸਰ ਤੁਸੀਂ ਚੱਲਣ ਡੀ ਆ, ਤੁਸੀਂ ਇਸ ਦੌਰਾਨ ਜੋ ਵੀ ਅੱਗੇ ਸਾਹਮਣੇ ਆਏਗਾ
ਥਾਣੇ ਕੰਬੋਦੇ ਦੀ ਅਜੇ ਤੇ ਮੁਕੱਦਮਾ ਦਰਜ ਕਰਕੇ ਬਿਆਨ ਲਿਖਾਣ ਨੂੰ ਭੇਜਿਆ ਗਿਆ ਵਾ, ਮੁਕੱਦਮਾ ਦਰਜ ਕਰਕੇ ਛਾਪੇਮਾਰੀ ਕੀਤੀ ਜਾਏਗੀ, ਜਲਦੀ ਤੋਂ ਜਲਦੀ ਇਹਨੂੰ ਗ੍ਰਿਫਤਾਰ ਕੀਤਾ ਜਾਏ। ਹਾਂਜੀ, ਨਿਹੰਗ ਸਿੰਘ ਦੱਸਦੇ ਨਾਰਮਲੀ ਇਹਨਾਂ ਦੀ ਚੱਲਦੀ ਸੀਗੀ।